दर्शकों ब्रेक तो बाद थोड़ा स्वागत है जी। डॉक्टर साहब तुसी कह रहे कि असी अरविंद केजरीवाल की खबर लैन जा रहे हैं, केड़ी खबर लैनी तुसी है उन्हां दी? ਉਹਦੀ ਖਬਰ ਲੈਣ ਤੋਂ ਪਹਿਲਾਂ ਜਿਹੜੇ ਸਾਡੇ ਪਿਆਰੇ ਨੇ ਉਹਨਾਂ ਨੂੰ ਜ਼ਰੂਰ ਅਸੀਂ ਐਕਨੋਲਜ ਕਰ ਲਈਏ। ਦਲਜੀਤ ਸਿੰਘ ਡਾਟ ਸਾਹਿਬ ਵੀ ਲਿਖਦੇ ਨੇ, ਡਾਟ ਸਾਹਿਬ ਬੀਬਾ ਨੀਲਮ ਕੌਰ ਜੀ, ਟੀਵੀ 84 ਦੀ ਸਾਰੀ ਟੀਮ ਤੇ ਸਾਰੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖੀ ਪੰਨੂ ਥੈਂਕਸ ਪਾਕਿਸਤਾਨੀ ਬ੍ਰਦਰਸ, ਸੁਖੀ ਪੰਨੂ ਡਾਟ ਸਾਹਿਬ ਕੀਪ ਅਪ ਗ੍ਰੇਟ ਵਰਕ, ਗੈਰੀ ਸੰਧੂ ਖਾਲਿਸਤਾਨ ਜ਼ਿੰਦਾਬਾਦ, ਕੁਲਜੀਤ ਸਿੰਘ ਵੀ ਆਰ ਵਾਚਿੰਗ ਸਰਦਾਰ ਜੀ, ਜੋਰ ਵਿਰਕ ਵੀ ਵਾਂਟ ਖਾਲਿਸਤਾਨ। ਔਰ ਸਾਨੂੰ ਖੁਸ਼ੀ ਹੈ ਕਿ ਸਾਡੇ ਹੁਣ ਬਹੁਤ ਸਾਰੇ ਵੀਰ ਈਵਨ ਉਰਦੂ 'ਚ ਵੀ ਲਿਖਦੇ ਨੇ। ਇਹ ਮੇਰੀ ਕਮਜ਼ੋਰੀ ਹੈ ਕਿ ਮੈਨੂੰ ਇਹ ਸਕ੍ਰਿਪਟ ਨਹੀਂ ਆਉਂਦੀ, ਮੈਂ ਹੁਣ ਕੋਸ਼ਿਸ਼ ਕਰਾਂਗਾ ਜ਼ਰੂਰ ਸਿੱਖਣ ਦੀ ਆਉਣ ਵਾਲੇ ਸਮੇਂ 'ਚ। ਔਰ ਅਮੀਰ ਹੈਦਰ ਫਰੋਮ ਦੁਬਈ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਨਸੀਰ ਮੁਗਲ, ਥੈਂਕ ਯੂ ਵੀਰੋ, ਖਾਲਿਸਤਾਨ ਜ਼ਿੰਦਾਬਾਦ। ਪੰਜਾਬ ਪੰਜ ਦਰਿਆਵਾਂ ਦੀ ਧਰਤੀ, ਖਾਲਿਸਤਾਨ ਹਸਨ, ਖਾਲਿਸਤਾਨ ਖਾਨ। ਹੁਣ ਇਹ ਹਸਨ ਸਾਹਿਬ ਨੇ ਉਹਨਾਂ ਨੇ ਆਪਣੇ ਨਾਂ ਨਾਲ ਹੀ ਹਸਨ ਖਾਲਿਸਤਾਨੀ ਖਾਨ ਲਿਖ ਲਿਆ। ਔਰ ਸੁਰਿੰਦਰ ਸਿੰਘ ਖਾਲਿਸਤਾਨ, ਸੱਤੀ ਖਾਲਿਸਤਾਨ ਜ਼ਿੰਦਾਬਾਦ, ਹਰਮੇਲ ਸਿੰਘ ਖਾਲਿਸਤਾਨ ਜ਼ਿੰਦਾਬਾਦ, ਸੁੱਖੀ ਪੰਨੂ ਟੀਵੀ 84 ਡੂਇੰਗ ਗ੍ਰੇਟ ਜੋਬ, ਅਹਿਮਦ ਰਜ਼ਾ ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਕਸ਼ਮੀਰ ਜ਼ਿੰਦਾਬਾਦ, ਮੋਦੀ ਮੁਰਦਾਬਾਦ। ਥੱਲੇ ਫਿਰ ਦੋ ਤਿੰਨ ਬੜੀਆਂ ਖੂਬਸੂਰਤ ਪਿਕਚਰਸ ਜਿਹੜੀਆਂ ਕਿ ਸਿੱਖ ਪਾਕਿਸਤਾਨੀ ਫੌਜ 'ਚ ਨੇ ਔਰ ਪਾਕਿਸਤਾਨੀ ਬੱਚੇ ਨੇ ਯੰਗ, ਉਹਨਾਂ ਨੇ ਪਾਕਿਸਤਾਨੀ ਝੰਡਾ ਫੜਿਆ ਹੋਇਆ। ਔਰ ਥੱਲੇ ਇੱਕ ਫਿਰ ਆਰਮੀ ਯੂਨੀਫਾਰਮ ਦੇ ਵਿੱਚ ਸਿੰਘ ਨੇ ਪਾਕਿਸਤਾਨ ਦਾ ਜਿਹੜਾ ਉਹ ਝੰਡਾ ਚੁੱਕਿਆ ਹੋਇਆ। ਨਸੀਰ ਮੁਗਲ, ਪਾਕਿਸਤਾਨ ਜ਼ਿੰਦਾਬਾਦ। ਸੋ ਅਸੀਂ ਇਹਨਾਂ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੇਜਰੀਵਾਲ, ਮੈਂ ਵੈਸੇ ਪਿਛਲੇ ਕੁਛ ਦਿਨ ਪਹਿਲਾਂ ਇਹ ਫੈਸਲਾ ਮਨ 'ਚ ਹੀ ਕਰ ਰਿਹਾ ਸੀ, ਕਿਉਂਕਿ ਸਾਡੇ ਕਈ ਜਿਹੜੇ ਬਹੁਤ ਹਿਤੈਸ਼ੀ ਨੇ ਉਹ ਮੈਨੂੰ ਕਹਿੰਦੇ ਜੀ ਹੁਣ ਜਾਣ ਦਿਓ, ਇਹਨਾਂ ਨੂੰ ਥੋੜੀ ਦੇਰ ਇਹਨਾਂ ਨੂੰ ਸਾਹ ਦੇ ਦਿਓ, ਵੀ ਉਹ ਜਦੋਂ ਦਾ ਘੁੱਗੀ ਵਾਲਾ ਹੋਇਆ ਵੀ ਹੁਣ ਘੁੱਗੀ ਘੁੱਗੀ ਵੀ ਲਖਣੋਂ ਹਟ ਗਿਆ ਆਪਣੇ ਨਾਂ ਨਾਲ। ਗੁਰਪ੍ਰੀਤ ਸਿੰਘ ਵੜੈਚ ਲਿਖਦਾ, ਮੈਂ ਕਿਹਾ ਵੀ ਇਹ ਰਾਤੋ ਰਾਤ ਕੀ ਹੋ ਗਿਆ, ਇਹ ਵੜੈਚ ਕਿੱਥੋਂ ਨਿਕਲ ਆਏ ਸਾਹਿਬ। ਸੋ ਇੱਕ ਪਾਸੇ ਅਸੀਂ ਇੱਕ ਸੁਸਾਇਟੀ ਜਿਹਦੇ 'ਚ ਬਰਾਬਰੀ, ਔਰ ਦੂਜਾ, ਔਰ ਜੇ ਤੁਸੀਂ ਨਹੀਂ ਸੀ ਲਿਖਿਆ ਹੋਇਆ ਜ਼ਾਤ ਦਾ ਇਹ ਛੱਜ ਨਹੀਂ ਸੀ ਬੰਨਿਆ, ਚੰਗੀ ਗੱਲ ਸੀ। ਹੁਣ ਜਾਂ ਤਾਂ ਲੱਗਿਆ ਵੀ ਘੁੱਗੀ ਤੋਂ ਪਛਾਣਿਆ ਜਾਂਦਾ ਬੰਦਾ, ਹੁਣ ਵੜੈਚ ਸਾਹਿਬ ਆ ਗਏ ਨੇ। ਪਰ ਹੁਣ ਕੇਜਰੀਵਾਲ ਹਰਕਤਾਂ ਇਸ ਕਿਸਮ ਦੀਆਂ ਕਰ ਰਿਹਾ, ਔਰ ਜਿਸ ਅੰਦਾਜ਼ 'ਚ ਨੇ ਮੋਦੀ ਨੂੰ ਜਿਹੜਾ, ਔਰ ਇੱਕ ਪਾਸੇ ਦੁਨੀਆ, ਔਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਯੂਨਾਈਟਿਡ ਨੇਸ਼ਨਸ ਇੱਕ ਮਾਨਤਾ ਹਾਸਲ ਸੰਸਥਾ ਹੈ ਜਿਸ ਨੂੰ ਇੰਡੀਆ ਇਸਤੇਮਾਲ ਕਰਦਾ, ਸੁਸ਼ਮਾ ਸਵਰਾਜ ਇਸ UN ਦੇ ਵਿੱਚ ਹੀ ਆ ਕੇ ਆਪਣਾ ਝੂਠ ਦਾ ਜਿਹੜੀ ਹੈ ਉਹ ਬੰਡਲ ਆਫ ਲਾਈਜ਼ ਖੋਲ ਕੇ ਗਈ ਹੈ। ਇਸੇ ਤਰ੍ਹਾਂ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, ਐਸੋਸੀਏਟਿਡ ਪ੍ਰੈਸ, ਦੁਨੀਆ ਦੇ ਕ੍ਰੈਡੀਬਲ ਮੀਡੀਆ ਨੈਟਵਰਕ ਨੇ। ਔਰ ਕੇਜਰੀਵਾਲ ਦੇ ਪੈਰਾਂ ਥੱਲੇ ਐਸਾ ਕੀ ਅੰਗਾਰ ਧਰਿਆ ਹੋਇਆ ਕਿ ਇਸ ਨੂੰ ਇੰਨਾ ਕੁ ਮੋਦੀ ਦਾ ਹੇਜ ਜਾਗਿਆ। ਫਿਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ RSS ਦੀਆਂ ਟੀਮਸ ਨੇ, ਕੋਈ ਏ ਟੀਮ ਹੈ BJP ਨਾਲ ਬਾਦਲ ਨੂੰ ਲਾਇਆ ਹੋਇਆ ਸੀ ਦੂਜਾ, ਫਿਰ ਸਾਡੇ ਕਈ ਵੀਰ ਕਹਿਣਗੇ ਨਹੀਂ ਜੀ ਨਹੀਂ ਇਹ ਤੁਸੀਂ ਕਈ ਵਾਰੀ ਜ਼ਿਆਦਤੀ ਕਰਦੇ ਹੋ ਇਹਦੇ ਨਾਲ, ਇਹ ਤਾਂ ਬਸ ਕਰਪਸ਼ਨ ਫਰੀ ਕਰ ਦੇਗਾ, ਦੂਜਾ ਕਰ ਦੇਗਾ। ਹੁਣ ਕੇਜਰੀਵਾਲ ਨੇ ਖੁਦ ਜਿਹੜੀ ਆਪਣੀ ਆਵਾਜ਼ ਦੇ ਵਿੱਚ YouTube ਇੱਕ ਹੁੰਦਾ, ਹਾਲਾਂ ਅਸੀਂ ਪਹਿਲਾਂ ਹੀ ਨੋਟਿਸ ਲਿਆ ਸੀ ਪਹਿਲੇ ਦਿਨ ਜਦੋਂ ਇਹਨੇ ਕਿਹਾ ਭਾਰਤ ਮਾਤਾ ਕੀ ਜੈ ਹੋ, ਹਮ ਭਾਰਤੀਯ ਫੌਜ ਕੇ ਸਾਥ ਹੈ, ਉਹ ਲੱਗਾ ਕਿ ਐਵੇਂ ਇੱਕ ਬਣਿਆ ਮਾਹੌਲ ਸਿਆਸੀ ਲੋਕ ਨੇ ਉਹਨੇ ਕਿਹਾ। ਹਾਲਾਂ ਮੈਨੂੰ ਉਦੋਂ ਹੀ ਖੁੜਕੀ ਸੀ ਕਿ ਵੀ ਇਹ ਭਾਰਤ ਮਾਤਾ ਕੀ ਜੈ ਹੋ ਕਿੱਥੋਂ ਆ ਗਿਆ, ਲੇਕਿਨ ਹੁਣ ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਸਾਰੇ ਦੇ ਸਾਰਾ ਅੱਜ ਪਤਾ ਨਹੀਂ ਬਿੱਲੀਆਂ ਸਾਰੀਆਂ ਥੱਲੇ ਚੋਂ ਕੱਢਣੀਆਂ, ਚੂਹੇ ਵਿਚਾਰੇ, ਚਲੋ ਚਲੋ ਘੱਟੋ ਘੱਟ ਚੂਹੇ ਤਾਂ ਪਿਕਨਿਕ ਕਰਨਗੇ ਕਿ ਭਾਈ ਥੈਲੇ ਵਾਲੀਆਂ ਬਿੱਲੀਆਂ ਇੱਕ ਪਾਸੇ ਨੇ ਉਹਨਾਂ ਵੱਲ ਨਹੀਂ ਆ ਰਹੇ। ਅੱਜ ਆਪਾਂ ਪ੍ਰੋਗਰਾਮ ਦਾ ਨਾ ਹੀ ਰੱਖੀਏ ਵੀ ਬਿੱਲੀਆਂ ਥੈਲਿਓ ਬਾਹਰ ਬਾਹਰ ਨਿਕਲ, ਪਰ ਰੋਜ਼ ਵੀ ਕੱਢਣੀਆਂ, ਫਿਰ ਇੱਕੋ ਦਿਨ ਬਾਕੀ ਪ੍ਰੋਗਰਾਮਾਂ ਦੇ ਕੀ ਨਾਂ ਰੱਖਾਂਗੇ। ਸੱਚੋ ਸੱਚੀ ਟੇਕਿੰਗ ਇਟ ਟਰਨ ਫਰੋਮ ਹਿਸ ਯੂਜੁਅਲ ਅਟੈਕਿੰਗ ਸਟੈਂਸ ਅਗੇਂਸਟ ਦਾ ਸੈਂਟਰ, ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਨੂੰ ਮੰਡੇ ਹੇਲਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ decisiveness to act against Islamabad with a surgical strike and called on the latter to now wage a war against the dirty propaganda being spread by Pakistan. ਤੁਸੀਂ ਹੱਦ ਹੋ ਗਏ, ਉਹ ਮੋਦੀ ਨੂੰ ਕਹਿ ਰਿਹਾ ਤੂੰ ਬਹੁਤ ਬਹਾਦਰੀ ਦਾ ਕੰਮ ਕੀਤਾ, ਸਰਜੀਕਲ ਸਟ੍ਰਾਈਕ ਕੀਤੀ, ਹੁਣ ਜਿਹੜਾ ਪਾਕਿਸਤਾਨ ਡਰਟੀ ਪ੍ਰੋਪੇਗੰਡਾ ਕਰ ਰਿਹਾ, ਜਿਹੜਾ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, UN ਅਬਜ਼ਰਵਰਸ, ਇਹ ਡਰਟੀ ਪ੍ਰੋਪੇਗੰਡਾ, ਔਰ ਇਹ ਪਾਕਿਸਤਾਨ ਦੇ ਕਹਿਣ ਤੇ ਕਰ ਰਿਹਾ। ਦੱਸੋ ਤੁਸੀਂ ਹੱਦ ਹੋ ਗਏ, ਔਰ ਇਹ ਹੁਣ ਇਹ ਇਹਨਾਂ ਲਈ ਨਹੀਂ ਹੈ ਕਿਉਂਕਿ ਇਹ ਤਾਂ ਇਹਨਾਂ ਦੀ ਤਾਂ ਜੋ ਜ਼ਹਿਨੀਅਤ ਹੈ, ਇਹ ਆਪਣੇ ਵੀਰ ਭੈਣਾਂ ਜਿਹਨਾਂ ਨੇ ਝੰਡੇ ਚੁੱਕੇ ਹੋਏ ਨੇ ਇਹਨਾਂ ਦੇ, ਇਹ ਦੇਖਣ ਵੀ ਇਹਨਾਂ ਨੂੰ ਜਿਹੜਾ ਉਹ ਕੋਈ ਪੰਜਾਬ ਦੇ ਬਾਰਡਰ ਦੇ ਉੱਤੇ 1000 ਤੋਂ ਜ਼ਿਆਦਾ ਪਿੰਡ, ਲੱਖਾਂ ਲੋਕ ਜਿਹੜੇ ਬੇਕਾਰ ਬਿਨਾਂ ਕਾਰਨ ਕੀਤੇ ਹੋਏ ਨੇ,
ਉਹਨਾਂ ਦਾ ਦਰਦ ਨਹੀਂ ਹੈ, ਇਹ ਤਾਂ ਆਪਣੀਆਂ ਲੋਕ ਲਾਸ਼ਾਂ ਗਿਣਦੇ ਨੇ, ਵੋਟਾਂ ਗਿਣਦੇ ਨੇ, ਔਰ ਇਹ ਹੁਣ ਖੁੱਲ ਕੇ ਕਹਿ ਰਿਹਾ ਕਿ ਜੀ ਮੈਂ ਤਾਂ ਤੁਹਾਡਾ ਹੀ ਹੈ, ਪਤਾ ਤਾਂ ਪਹਿਲਾਂ ਵੀ ਹੈ ਵੀ ਇਹਨਾਂ ਦਾ ਹੀ ਹੈ। ਫਿਰ ਇਹ ਕਹਿ ਰਿਹਾ ਕਿ ਸਪੀਕਿੰਗ ਇਨ ਏ ਮੈਸੇਜ ਪੋਸਟਡ ਔਨ ਯੂਟਿਊਬ ਕੇਜਰੀਵਾਲ ਐਡਮਿਟਿਡ ਦੈਟ ਹੀ ਮਾਈਟ ਨਾਟ ਸੀ ਆਈ ਟੂ ਆਈ ਵਿਦ ਦਾ ਪ੍ਰਾਈਮ ਮਿਨਿਸਟਰ ਔਨ ਸੈਵਰਲ ਕਾਉਂਟਸ ਬਟ ਸੈਲਿਊਟਿਡ ਦਾ ਮੂਵ ਬਾਈ ਦਾ ਲੇਟਰ ਟੂ ਕੈਰੀ ਆਊਟ ਏ ਸਰਜੀਕਲ ਸਟ੍ਰਾਈਕ ਅਗੇਂਸਟ ਐਕਟਿਵ ਟੈਰਰ ਲਾਂਚ ਪੈਡਸ ਇਨ ਪਾਕਿਸਤਾਨ ਆਕੂਪਾਈਡ ਕਸ਼ਮੀਰ। ਕਿ ਜੀ ਇਹ ਤੂੰ ਬਹੁਤ ਵਧੀਆ ਕੰਮ ਕੀਤਾ। ਫਿਰ ਉਹਨੇ ਜਵਾਨ ਉਹਨੇ ਕਿਹਾ ਜੀ 19 ਜਵਾਨ ਉਹੀ ਜਿਹੜਾ ਪਹਿਲਾਂ ਕੀਤਾ ਕਿ ਵੀ ਇਹ ਬੜੇ ਜ਼ਰੂਰੀ ਸੀ ਔਰ ਅਸੀਂ ਜਿਹੜਾ ਆਈ ਸੈਲਿਊਟ ਦਾ ਵਿਲ ਪਾਵਰ ਸ਼ੋਨ ਬਾਈ ਮੋਦੀ ਇਨ ਦਾ ਮੈਟਰ। ਮੈਂ ਇਸ ਵਿਲ ਪਾਵਰ ਨੂੰ ਚੰਗੀ ਵਿਲ ਪਾਵਰ, ਝੂਠ ਬੋਲਣਾ ਵਿਲ ਪਾਵਰ ਹੁੰਦੀ ਹੈ, ਝੂਠ ਬੋਲਣਾ ਲਾਈ ਪਾਵਰ ਹੁੰਦੀ ਹੈ। ਸੋ ਜਿਹੋ ਜਿਹਾ ਇਹ ਲਾਇਰ ਹੈ ਉਹ ਜਿਹਾ ਹੁਣ ਇਹ ਬਣ ਗਿਆ ਇਸ ਗੱਲ ਦੇ ਨਾਲ। ਇਹ ਜਾਣਦੇ ਇੱਕ ਹੁੰਦਾ ਪਹਿਲੀ ਸਟੇਜ ਤੇ ਚਲੋ ਮੰਨ ਲਿਆ ਵੀ ਕਾਮੈਂਟ ਆਇਆ, ਕਿਉਂਕਿ ਦੂਜਾ ਹੁਣ ਜੇ UN ਅਬਜ਼ਰਵਰਸ ਔਰ ਇਹ ਸਾਰਿਆਂ ਨੇ ਫੈਕਟ ਬਾਹਰ ਲਿਆ ਕੇ ਰੱਖ ਦਿੱਤੇ ਨੇ ਕਿ ਜੀ ਦੱਸੋ ਕਿੱਥੇ ਹੋਏ ਨੇ, ਕੀ ਹੋਇਆ ਕੋਈ, ਔਰ ਇਹ ਉਹ ਵਧਾਈਆਂ ਦੇ ਵੀ ਹੈਵ ਸੀਨ ਇਨ ਦਾ ਪਾਸਟ 2 weeks ਦਾ ਪਾਕਿਸਤਾਨ ਇਜ਼ ਟੇਕਿੰਗ ਇੰਟਰਨੈਸ਼ਨਲ ਜਰਨਲਿਸਟ ਟੂ ਦਾ ਬਾਰਡਰ। ਹੁਣ ਪਾਕਿਸਤਾਨ ਲਿਜਾ ਰਿਹਾ ਅੰਤਰਰਾਸ਼ਟਰੀ ਇੰਟਰਨੈਸ਼ਨਲ ਜਰਨਲਿਸਟ ਨੂੰ ਬਾਰਡਰ ਤੇ, ਉਹਨਾਂ ਨੂੰ ਕਹਾਂ ਜੀ ਪੁੱਛੋ ਕਿੱਥੇ ਹੋਏ ਨੇ ਸਰਜੀਕਲ ਸਟ੍ਰਾਈਕ, ਤੇ ਉਹਨੂੰ ਕਹਿ ਰਹੇ ਟਰਾਇੰਗ ਟੂ ਸ਼ੋ ਦੈਮ ਦੈਟ ਨੋ ਸਰਜੀਕਲ ਸਟ੍ਰਾਈਕ ਹੈਪਨ ਇਨ ਦਾ ਫਸਟ ਪਲੇਸ। 2 days ago the United Nations gave a statement that no untoward activity had been spotted on the border. The CNN ran a report that the Pakistan government took a bus filled with international journalists to prove that no such strike took place. Even unhi se pata bhi even CNN ne bhi ye kiya, and that people were living regularly and that enraged me no end. Oh kehnda hai sariyan reportan dekh ke mera gussa jehda hai oh kabu to bahar ho gaya ਕਿ ਜੀ ਦੇਖੋ ਮੋਦੀ ਇੰਨਾ ਬਹਾਦਰ, ਇੰਨੀ ਬਹਾਦਰੀ 'ਚ ਉਹਨੇ ਸਟ੍ਰਾਈਕ ਕੀਤਾ। ਉਹ ਲਿਖਿਆ ਸੀ ਸਾਡੇ ਵਿਊਅਰ ਨੇ ਕਿ ਉਹ ਸੈਫ ਅਲੀ ਖਾਨ ਅਤੇ ਕੈਟਰੀਨਾ ਕਾਫ ਨੇ ਫਲਾਂ। ਹੁਣ ਮੋਦੀ ਜੇ ਤਾਂ ਸੁਪਨੇ ਦੇ ਵਿੱਚ ਹੀ ਉਹ ਫਿਲਮ ਦੇਖ ਕੇ ਆਇਆ, ਫਿਰ ਤਾਂ ਵਾਕਿਆ ਹੀ ਉਹਨੂੰ ਬੜਾ ਗੁੱਸਾ ਆਇਆ ਹੋਣਾ। ਆਈ ਅਪੀਲ ਟੂ ਦਾ ਨੇਸ਼ਨ ਨੋਟ ਟੂ ਫਾਲ ਫਾਰ ਪਾਕਿਸਤਾਨ ਫਾਲਸ ਪ੍ਰੋਪੇਗੰਡਾ। ਹੁਣ ਪਾਕਿਸਤਾਨੀ ਝੂਠੇ ਹੋ ਗਏ, ਤੂੰ ਸੱਚਾ ਭਾਈ। ਔਰ ਫਿਰ ਉਹ ਕਹਿੰਦਾ ਜਦੋਂ ਕਿ ਪ੍ਰਾਈਮ ਮਿਨਿਸਟਰ ਨੇ ਇੰਨਾ ਜ਼ਬਰਦਸਤ ਜੋਬ ਕੀਤਾ, I support him, I want to congratulate him. In the last 2 years and more, this is the first action worthy of PM. The whole country is with him. All of us stand firmly united against terrorism and support. ਹੁਣ ਤੁਸੀਂ ਆਹ ਅੰਦਾਜ਼ਾ ਲਾ ਲਓ ਕਿ ਇਹ ਹੁਣ ਕੇਜਰੀਵਾਲ ਕੀ ਹੈ ਇਹਦੀ ਆਈਡੀਆ। ਔਰ ਇਹ ਗਾਂਧੀਆਂ ਨੇ ਵੈਸੇ ਟੋਪੀ ਇਹਨੇ ਸਿਰ 'ਤੇ ਰੱਖੀ ਹੁੰਦੀ ਹੈ ਗਾਂਧੀ ਦੀ, ਸਿੱਖਾਂ ਦੀਆਂ ਕੁੜੀਆਂ ਮੁੰਡਿਆਂ ਦੇ ਸਿਰਾਂ ਦੇ ਉੱਤੇ ਵੀ ਕਈਆਂ ਨੇ ਪੱਗਾਂ ਦੇ ਉੱਤੇ ਝਾੜੂ ਬੰਨ੍ਹ ਦਿੱਤੇ, ਟੋਪੀਆਂ ਰਖਾ ਦਿੱਤੀਆਂ। ਇਹ ਗਾਂਧੀਅਨ ਆਈਡੀਓਲੋਜੀ ਤੇ ਗਾਂਧੀ ਦਾ ਵੀ ਉਹੀ ਕੂੜ ਫਿਰੇ ਪ੍ਰਧਾਨ ਵੀ ਲਾ ਲਓ, ਕਲੇਮ ਕਰੋ ਸੱਤੇਮੇਵ ਜਾਇਤੇ ਆ 2 ਅਕਤੂਬਰ ਨੂੰ, ਕੱਲ੍ਹ ਸੀ ਉਹੀ ਝੂਠ ਸਾਰੇ ਦੁਹਰਾ ਰਹੇ ਨੇ ਮੁੜ ਮੁੜ ਕੇ ਉਸ ਨੂੰ ਜਿਹਨੂੰ ਬਾਪੂ ਬਣਾਇਆ ਨੇਸ਼ਨ ਦਾ। ਤੇ ਇਹ ਕੇਜਰੀਵਾਲ ਜਿਹੜਾ ਦੈਟ ਇਜ਼ ਵੈਰੀ ਕਲੀਅਰ ਕਿ ਵੀ ਇਹ ਕੀ ਹੈ, ਕਿਹਨਾਂ ਦਾ ਉਪਜਾਇਆ ਤੇ ਕਿਹਨਾਂ ਦੇ ਲਈ ਇਹ ਕੰਮ ਕਰ ਰਿਹਾ। ਤੇ ਬਾਕੀ ਜੇ ਫਿਰ ਵੀ ਮਨ ਜਾਨਤ ਕਬੀਰ ਮਨ ਜਾਨਤ ਸਭ ਬਾਤ ਜਾਨਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ, ਫਿਰ ਉਹਨਾਂ ਦਾ ਕੋਈ ਇਲਾਜ ਨਹੀਂ। ਜੀ ਡਾਕਟਰ ਸਾਹਿਬ ਬਿਲਕੁਲ, ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।